ਸਰਕਾਰ ਮੇਰੇ ਕਿਸਾਨ ਵੀਰੋ ਆਈ ਅਸੀਂ ਇਹਨੂੰ ਡੇਢ ਸਾਲ ਨਹੀਂ
ਤਿਆਰੀ ਕੀਤੀ ਹੈ ਲਿਆਉਂਦੇ ਨੇ ਪਹਿਲਾਂ ਕੀ ਕੀ ਲਿਆਉਂਦੇ ਯਾਦ ਕਰੋ ਇਸ ਮਹੀਨੇ ਦੇ ਵਿੱਚ ਲੋਕਾਂ ਨੂੰ ਕੋਈ ਪਤਾ ਨਹੀਂ ਇੱਕੋ ਲੱਖ ਕਹਿਤਾ ਬਿਮਾਰੀ ਆ ਗਈ ਦੀ ਬਿਮਾਰੀ ਆ ਗਈ ਸਾਰੇ ਲੋਕ ਸਹਿਮ ਗਏ ਮੂੰਹ ਬਣਾ ਕੇ ਜਿਹੜੇ ਦੇ ਲੋਕ ਦੇ ਅੰਦਰ ਬੰਦ ਕਰਦੇ ਫਿਰ ਲੋਕ ਵਿਰੋਧੀ ਕਾਨੂੰਨ ਲਿਆਵੇ ਸਭ ਨੂੰ ਪਹਿਲਾਂ ਕਾਨੂੰਨ ਮਜ਼ਦੂਰਾਂ ਦੇ ਵਿਰੋਧ ਚ ਲਿਆਂਦਾ ਜ਼ਿਆਦਾ ਸੋਚਣ ਵਾਲੀ ਗੱਲ ਹੈ ਉਹ ਕੀ ਹੈ ਕਿਸੇ ਸਮੇਂ 18 ਘੰਟੇ ਦਿਹਾੜੀ ਹੁੰਦੀ ਹੁੰਦੀ ਹੈ ਸਾਡੇ ਵੱਡ ਵਡੇਰਿਆਂ ਨੇ ਖੂਨ ਡੋਲ ਕੇ ਉਸ ਨੂੰ 8 ਘੰਟੇ ਕਰਾਇਆ ਤੇ ਮੋਦੀ ਨੇ ਕੋਈ ਬਿਮਾਰੀ ਲਿਆ ਕੇ ਬਿਮਾਰੀ ਦਿਖਾ ਕੇ ਸਾਡਾ ਮੂੰਹ ਬਣਾ ਕੇ ਤੇ ਦਿਹਾੜੀ 12 ਘੰਟੇ ਕਰਦੀ ਤੁਸੀਂ ਦਿਮਾਗ ਦੇ ਵਿੱਚ ਇਹ ਗੱਲ ਨਾ ਪਾਲ ਲਿਓ ਕਿਤੇ ਦਿਹਾੜੀ ਜਿਹੜੇ ਸਕੂਲ ਕਾਸਟ ਨੇ ਉਹੀ ਕਰਦੇ ਨੇ ਆਪਾਂ ਜਿੰਨੇ ਬੈਠੇ ਆ ਜੇ ਇੱਥੇ ਦਿਹਾੜੀ 12 ਘੰਟੇ ਲਾਗੂ ਹੋ ਗਈ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਲਾਗੂ ਹੋ ਜਾਣੀ ਹੈ ਤੇ ਸਾਡੇ ਸਾਰੇ ਦੇ ਧੀ ਪੁੱਤ ਸਾਡੇ ਮੁੰਡੇ ਜਾਂ ਬਾਹਰ ਸਾਰੇ ਇੱਥੇ ਦਿਹਾੜੀ ਕਰਦੇ ਨੇ ਜਾ ਕੇ ਜੇ ਉਹਨਾਂ ਨੂੰ ਓਵਰ ਟਾਈਮ 8 ਘੰਟੇ ਬਾਅਦ ਨਹੀਂ ਮਿਲਣਾ ਜੇ ਓਵਰ ਟਾਈਮ 12 ਘੰਟਾ ਬਾਅਦ ਮਿਲੂਗਾ ਮੇਰਾ ਕਹਿਣ ਦਾ ਮਤਲਬ ਮੋਦੀ ਨੇ ਸਾਡੇ ਮੂੰਹ ਬਣਾ ਕੇ ਮਜ਼ਦੂਰਾਂ ਦੇ ਖਿਲਾਫ ਜੇ ਕਹਿ ਦੇ 12 ਘੰਟੇ ਵਾਲਾ ਕਾਨੂੰਨ ਲਿਆਉਂਦਾ ਤੇ ਅਸੀਂ ਰੱਬ ਕੇ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਸਾਡੇ ਖਿਲਾਫ ਮੈਂ ਘੁਟਾਲੇ ਕਾਨੂੰਨ ਨਹੀਂ ਕਹਿੰਦਾ ਕਿਉਂ ਨਹੀਂ ਕਹਿੰਦਾ ਅੱਧੀ ਦੁਨੀਆ ਦੇ ਕਹਿ ਦੇ ਕਾਲੇ ਲੋਕ ਨੂੰ ਗੁੱਸਾ ਕਰਦੇ ਨੇ ਮੈਂ ਲੀਡਰਸ਼ਿਪ ਨੂੰ ਬੇਨਤੀ ਕਰਦਾ ਆਤਮਵਾਦ ਦਾ ਕਾਨੂੰਨ ਭਗਵੇਂ ਕੱਪੜੇ ਕਹਿ ਦਿਓ ਭਾਰਤੀ ਜਨਤਾ ਪਾਰਟੀ ਦਾ ਭਾਗਵਾ ਮਾਣਾ ਗਿਆ ਤੇ ਭਾਗਵਾ ਉਹਨਾਂ ਦਾ ਝੰਡਾ ਗਿਆ ਅੱਜ ਤੋਂ ਬਾਅਦ ਭਾਗਵੇਂ ਕਾਨੂੰਨ ਕਹੋ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅਗਲੇ ਕਾਲੇ ਲੋਕਾਂ ਨੂੰ ਅਸੀਂ ਗੁੱਸੇ ਨਹੀਂ ਕਰਨਾ ਇਸ ਗੱਲ ਦੇ ਉੱਤੇ ਮੇਰਾ ਖਿਆਲ ਹੈ ਇੰਨਾ ਡਰਾਤਾ ਸਾਨੂੰ ਜਿਹੜੇ ਹੱਥ ਸੀ ਸਾਰੀ ਉਮਰਤਵੀ ਤੋਂ ਭੇਜੀ ਗਏ ਸਾਰਿਆਂ ਨੇ ਇੱਕ ਮਹੀਨੇ ਚ ਦਬਾ ਤੇ ਇੱਕ ਮਹੀਨੇ ਦੇ ਹੱਥ ਦਬਾ ਤੇ ਸਾਡੇ ਜਿਹੜੇ ਸਾਰੀ ਉਮਰ ਦੀ ਧੋਤੇ ਪੀ ਗਈ ਸਾਨੂੰ ਡਰਾ ਕੇ ਆਹ ਮਨਾਜ ਖੜੇ ਨੇ ਮੇਰੇ ਵੀਰ ਜਦੋਂ ਵੀ ਕਿਸੇ ਦੇ ਵੋਟ ਬਣਦੀ ਹੈ ਕਿਸੇ ਤਬਕੇ ਤੇ ਬਣਦੀ ਹੈ ਸਾਡੀ ਲੀਡਰਸ਼ਿਪ ਉਸ ਵੋਟ ਨੂੰ ਪੂਰੀ ਆਪਣੀ ਨਿਗਾਹ ਰੱਖਦੀ ਹੈ ਉਹ ਕੀ ਨਿਗਾਹ ਰੱਖਦੀ ਹੈ ਜਦੋਂ ਟਲ ਬਿਹਾਰੀ ਵਾਜਪਾਈ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਸਾਰ ਕਿਹਾ ਕਿ ਜਿਹੜਾ ਅੱਜ ਜੋ ਬਾਦ ਪੁਲਿਸ ਭਰਤੀ ਹੋਊਗਾ ਕਿਤੇ ਵੀ ਮੁਲਾਜ਼ਮ ਭਰਤੀ ਹੋਊਗਾ ਉਹਨੂੰ ਪੈਨਸ਼ਨ ਨਹੀਂ ਮਿਲੂਗੀ ਕੋਈ ਅਸੀਂ ਤਾਂ ਕਹਿੰਦੇ ਹਾਂ ਜੇ ਕੋਈ ਕਿਸਾਨ ਘਰੇ ਕੰਮ ਕਰਦਾ ਕੋਈ ਮਜ਼ਦੂਰ ਘਰੇ ਕੰਮ ਕਰਦਾ 60 ਸਾਲ ਤੋਂ ਬਾਅਦ ਉਹਨੂੰ 10,000 ਰੁਪਈਆ ਮਿਲੇ ਮੇਰੇ ਵੀਰੋ ਕਹੇ ਰੁਪਈਆ ਕਪੜਾ ਮਿਲਦੇ ਰੁਪਈਆ ਨਹੀਂ ਕਦੇ ਖੜਦਾ ਪੂਰਾ ਜੇ ਪੈਨਸ਼ਨ ਮਿਲਦੀ ਹੈ ਤਾਂ ਪੋਤੇ ਪੋਤੀ ਫਿਰ
ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।